ਬਸ ਜੀ ਇਹ ਭੈਣ ਦੱਸ ਰਹੇ ਨੇ ਕਿ ਇੱਕ ਸਾਲ ਦੀ ਦਰਦ ਆ, ਔਰ ਇਹ ਦੱਸ ਰਹੇ ਨੇ ਕਿ ਜਦੋਂ ਮੈਂ ਚੰਗੀ ਹੋ ਜਾਣੀ ਸੀ ਮੈਂ ਸੋਚਦੀ ਸੀ ਕਿ ਮੈਂ ਗਵਾਹੀ ਦਵਾਂ ਅਤੇ ਉਸੇ ਵਕਤ ਸਿਰ ਦੀ ਦਰਦ ਸ਼ੁਰੂ ਹੋ ਜਾਂਦੀ ਸੀ, ਖੱਬੀ ਆਖਿਆ ਅਤੇ ਸਿਰ ਦੀ ਦਰਦ, ਖੱਬੀ ਸਾਈਡ, ਖੱਬੀ ਸਾਈਡ ਜੋ ਮੈਂ ਬੋਲੀ ਸੀ। ਹਾਂਜੀ ਓਕੇ। ਅਤੇ ਇਹਨਾਂ ਕੋਲ ਦਵਾਈ ਸਦਾ ਇਹਨਾਂ ਦੇ ਪਰਸ ਦੇ ਵਿੱਚ ਰਹਿੰਦੀ ਸੀ ਇੱਕ ਸਾਲ ਤੋਂ ਜੀ, ਔਰ ਅੱਜ ਪਰਮੇਸ਼ਵਰ ਨੇ, ਅੱਜ ਵੀ ਦਵਾਈ ਨਾਲ ਲੈ ਕੇ ਆਏ ਹੁਣ ਨਹੀਂ ਹੈਗੇ ਓਕੇ, ਅੱਜ ਪਰਮੇਸ਼ਵਰ ਨੇ ਇਹਨਾਂ ਨੂੰ ਛੂ ਲਿਆ ਅਤੇ ਇਹ ਆਜ਼ਾਦ ਹੋ ਚੁੱਕੇ ਨੇ ਅਤੇ ਪਰਮੇਸ਼ਵਰ ਦਾ ਧੰਨਵਾਦ ਕਰ ਰਹੇ ਨੇ। ਇੱਕ ਸਾਲ ਤੋਂ ਖੱਬੀ ਸਾਈਡ ਦੀ ਦਰਦ ਸੀ ਸਿਰ ਦੇ ਵਿੱਚ ਅਤੇ ਅੱਖ ਦੇ ਵਿੱਚ, ਜਿਵੇਂ ਮੈਂ ਪ੍ਰੋਫੈਸਰ ਕੀਤੀ ਭਵਿੱਖਬਾਣੀ ਕੀਤਾ ਤਿਵੇਂ ਹੀ, ਔਰ ਉਹ ਕਹਿੰਦੇ ਕਿ ਉਹਨਾਂ ਦੇ ਪਰਸ ਵਿੱਚ ਹਮੇਸ਼ਾ ਦਵਾਈ ਰਹਿੰਦੀ ਸੀ। ਹਾਂਜੀ ਤੁਸੀਂ ਬੋਲੋ। ਪਾਸਟਰ ਜੀ ਮੈਂ ਘਰ ਵੀ ਹਮੇਸ਼ਾ ਕੋਲ ਹੀ ਦਵਾਈ ਰੱਖਣੀ ਸੀ, ਜਦੋਂ ਮੇਰੇ ਦਰਦ, ਮੈਂ ਮਤਲਬ ਸਾਲ ਦੀ ਦਰਦ ਸੀਗੀ, ਇੱਦਾਂ ਦੀ ਦਰਦ ਹੁੰਦੀ ਸੀਗੀ, ਮੇਰਾ ਮਤਲਬ ਬੀਪੀ ਵੀ ਲੋਅ ਹੋ ਜਾਂਦਾ, ਮੈਨੂੰ ਇੰਨੇ ਚੱਕਰ ਆਉਣੇ ਕਿ ਮੈਂ ਉੱਠ ਵੀ ਨਹੀਂ ਸਕਦੀ ਸੀਗੀ, ਇੱਦਾਂ ਹੋਣੀ ਕਿ ਜਿੱਦਾਂ ਅੱਖ ਹੀ ਫਟ ਚੱਲੀ ਹੁੰਦੀ ਆ, ਕਿ ਮੇਰਾ ਕੰਮ ਕਰਨਾ ਵੀ ਔਖਾ ਹੋ ਜਾਂਦਾ ਸੀਗਾ। ਫਿਰ ਮੈਂ ਮੈਡੀਸਨ ਖਾਧੀ, ਤੁਹਾਡੇ ਕੋਲ ਪ੍ਰਾਰਥਨਾ ਕਰਾਈ, ਮੈਂ ਬਿਲਕੁਲ ਚੰਗੀ ਹੋ ਗਈ। ਮੈਂ ਉਸ ਤੋਂ ਬਾਅਦ ਘਰ ਵੀ ਸੋਚੀ ਕਿ ਮੈਂ ਅਗਵਾਈ ਦੇਣੀ, ਮੈਂ ਬੇਟੇ ਦੀ ਵੀ ਦਿੱਤੀ ਹੈ ਨਾ ਇੱਥੇ ਅਗਵਾਈ, ਉਸ ਤੋਂ ਪਹਿਲਾਂ ਦੀ ਸੋਚ ਰਹੀ ਸੀ। ਫਿਰ ਮੇਰੇ ਪਿਛਲੇ ਹਫ਼ਤੇ ਇੰਨੀ ਜ਼ੋਰ ਨਾਲ ਦਰਦ ਹੋਈ, ਫਿਰ ਮੈਂ ਮੈਡੀਸਨ ਖਾਧੀ 2 ਦਿਨ, ਤਾਂ ਉਸ ਤੋਂ ਬਾਅਦ ਅੱਜ ਤੁਹਾਡੀ ਪ੍ਰਾਰਥਨਾ ਦੇ ਨਾਲ ਮੈਨੂੰ ਪ੍ਰਭੂ ਨੇ ਚੰਗੀ ਕੀਤਾ, ਮੈਂ ਪ੍ਰਭੂ ਯੇਸ਼ੂ ਦਾ ਧੰਨਵਾਦ ਕਰਾਂ। ਜਦੋਂ ਹੁਣ ਆਏ ਸੀ ਦਰਦ ਹੋ ਰਿਹਾ ਸੀ? ਨਹੀਂ ਪਾਸਟਰ ਜੀ, ਉਸ ਤੋਂ 2 ਦਿਨ ਪਹਿਲਾਂ ਹੁੰਦੇ। ਓਕੇ, ਤੁਹਾਨੂੰ ਹੁਣ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਤੁਸੀਂ ਬਿਲਕੁਲ ਫ੍ਰੀ ਹੋ? ਹਾਂਜੀ।